ਜਨਮ ਦਿਨ ਨੂੰ ਸਮਰਪਿਤ ਸਤਿਗੁਰੂ ਕੋਲੋਂ ਸਤਿਗੁਰੂ ਕਾਇਮ ਹੋ ਸਕਦਾ ਇਹ ਸਮਾਜਿਕ ਨਿਆਂ ਪਹੁੰਚ ਕੌਮ ਵੱਲੋਂ ਅਤੇ ਤਮਾਮ ਫੌਜਾਂ ਦੀਆਂ ਜਥੇਬੰਦੀਆਂ ਵੱਲੋਂ ਜਿਹੜਾ ਅੱਜ ਨਸ਼ੇ ਦੇ ਵਿਰੁੱਧ ਪ੍ਰੋਗਰਾਮ ਬਾਬਾ ਸਾਹਿਬ ਨੂੰ ਸਮਰਪਿਤ ਕੀਤਾ ਗਿਆ ਹੈ ਬਹੁਤ ਜ਼ਰੂਰੀ ਹੈ। ਜਿਸ ਤਰੀਕੇ ਦੇ ਨਾਲ ਅੱਜ ਦੀ ਯੁਵਾ ਪੀੜ੍ਹੀ ਨਸ਼ਿਆਂ ਦੀ ਗਲਤ ਦੇ ਵਿੱਚ ਗਰਕ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਡਾ ਭਵਿੱਖੀ ਸੁਰੱਖਿਅਤ ਨਹੀਂ ਹੋਏਗਾ ਅਸੀਂ ਕਿਹੜੀਆਂ ਗੱਲਾਂ ਦੇ ਉੱਤੇ ਪਹਿਰਾ ਦੇਵਾਂਗੇ। ਵਾਰ ਵਾਰ ਅਸੀਂ ਇਹ ਤਾਂ ਕਹਿੰਦੇ ਹਾਂ ਕਿ ਬਾਬਾ ਸਾਹਿਬ ਤੁਹਾਡੀ ਸੋਚ 'ਤੇ ਪਹਿਰਾ ਦੇਵਾਂਗੇ ਠੋਕ ਕੇ। ਬਾਬਾ ਸਾਹਿਬ ਦੀ ਸੋਚ ਦੇਸ਼ ਦੀ ਸੱਤਾ ਨੂੰ ਕਿਸ ਤਰੀਕੇ ਨਾਲ ਹਾਸਲ ਕਰਨਾ ਇਹ ਬਾਬਾ ਸਾਹਿਬ ਦੀ ਸੋਚ ਸੀਗੀ। ਇਸ ਤਰੀਕੇ ਦੇ ਨਾਲ ਦੇਸ਼ ਦੇ ਹਾਕਮ ਬਣਨਾ ਇਹ ਬਾਬਾ ਸਾਹਿਬ ਦੀ ਸੋਚ ਸੀਗੀ। ਲੇਕਿਨ ਅਸੀਂ ਲੰਬੇ ਸੰਘਰਸ਼ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਾਡਾ ਬਹੁਜਨ ਮੂਵਮੈਂਟ ਜਿਹੜੀ ਆ ਹੌਲੀ ਹੌਲੀ ਹਾਸ਼ੀਏ ਤੇ ਜਾਂਦੀ ਰਹੀ ਆ ਤੇ ਅੱਜ ਸਮਾਜ ਜਿਹੜਾ ਆ ਉਹ ਕਿਸ ਤਰੀਕੇ ਨਾਲ ਦਾਲ ਆਟੇ ਸਕੀਮਾਂ ਮਿਲਣਗੀਆਂ, ਕਿਸ ਤਰੀਕੇ ਦੇ ਨਾਲ ਚਾਹ ਪੱਤੀ ਮਿਲੂਗੀ ਜਾਂ ਘਿਓ ਮਿਲੂਗਾ, ਇਹਦੇ ਤੱਕ ਵੀ ਜਿਹੜਾ ਹੈਗਾ ਬਹੁਤ ਹੋ ਚੁੱਕਾ ਹੈ। ਔਰ ਸਰ ਉਸ ਤੋਂ ਵੱਡੀ ਗੱਲ ਹੈ ਪੰਜਾਬ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਸੀਗਾ ਅੱਜ ਇੱਕ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਇੱਥੇ ਵਗ ਰਿਹਾ ਆ, ਇਹਦੇ ਵਾਸਤੇ ਕੌਣ ਕੌਣ ਜ਼ਿੰਮੇਵਾਰ ਆ? ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਆ, ਸਾਡੀਆਂ ਸਮਾਜਿਕ ਸੰਸਥਾਵਾਂ ਜ਼ਿੰਮੇਵਾਰ ਆ, ਜਾਂ ਸਾਡੀਆਂ ਧਾਰਮਿਕ ਜ਼ਿੰਮੇ ਜਿਹੜੀਆਂ ਜਥੇਬੰਦੀਆਂ ਉਹ ਜ਼ਿੰਮੇਵਾਰ ਆ, ਜਾਂ ਪੰਜਾਬੀ ਕੋਲ ਅਸੀਂ ਆਪ ਜ਼ਿੰਮੇਵਾਰ ਆ? ਇਹਦੇ ਉੱਤੇ ਵਿਚਾਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਨਹੀਂ ਤਾਂ ਆਉਣ ਵਾਲੀ ਪੀੜ੍ਹੀ ਤੋਂ ਕਦੇ ਵੀ ਤੁਸੀਂ ਮੂੰਹ ਲਿਖਣ ਯੋਗ ਨਹੀਂ ਰਹੋਗੇ। ਤਮਾਮ ਸਮਾਜ ਨੂੰ ਬੇਨਤੀ ਆ, ਚਾਹੇ ਉਹਦੇ ਘੱਟ ਗਿਣਤੀ ਦੇ ਵਿੱਚ ਲੋਕ ਪਹੁੰਚੇ ਆ, ਲੇਕਿਨ ਇੱਕ ਇੱਕ ਜਿਹੜਾ ਵਿਅਕਤੀ ਆ ਉਹ ਲੀਡਰ ਆ, ਆਪਣੇ ਸਮਾਜ ਦੀ ਅਗਵਾਈ ਕਰਦਾ ਆ। ਔਰ ਸਭ ਤੋਂ ਵੱਡੀ ਗੱਲ ਹੈ ਸਾਡਾ ਜਿਹੜਾ 22 ਜਿਹੜਾ ਨਿਊਜ਼ ਚੈਨਲ ਆ ਉਹ ਜਿਹੜਾ ਹਮੇਸ਼ਾ ਜਿਹੜੇ ਸਮਾਜ ਦੇ ਹੱਕ ਦੀ ਆਵਾਜ਼ ਜਿਹੜਾ ਆ ਉਹ ਹਰ ਜਗ੍ਹਾ ਦੇ ਉੱਤੇ ਚੁੱਕਦਾ ਆ। ਔਰ ਇਹਦੇ ਮਾਧਿਅਮ ਦੇ ਨਾਲ ਵੀ ਮੈਂ ਸਭ ਸਮਾਜ ਨੂੰ ਅਪੀਲ ਕਰਾਂਗਾ ਕਿ ਇਹ ਮੂਵਮੈਂਟ ਜਿਹੜੀ ਆ ਨਸ਼ੇ ਦੀ ਇਕੱਲੀ ਇਲੈਕਸ਼ਨਾਂ ਦੇ ਉੱਤੇ ਨਹੀਂ ਯਾਦ ਕਰਨ ਵਾਲੀ, ਇਹ ਸਾਰੇ 5 ਸਾਲ ਜਿਹੜੇ ਗਾਂਹ ਵੀ ਆਏ ਉੱਤੇ ਪਹਿਰਾ ਦੇਣ ਦੀ ਬਹੁਤ ਜ਼ਿਆਦਾ ਲੋੜ ਆ, ਕਿਉਂਕਿ ਜੇ ਸਾਡੀ ਯੁਵਾ ਪੀੜ੍ਹੀ ਨਹੀਂ ਬਚੇਗੀ ਤੇ ਸਾਡਾ ਜਿਹੜਾ ਸੰਵਿਧਾਨ ਜਿਹੜਾ ਆ ਉਹ ਤਾਂ ਸਾਨੂੰ ਪਤਾ ਜਿਸ ਤਰੀਕੇ ਦੇ ਨਾਲ ਜਿਹੜੀਆਂ ਉੱਪਰਲੀਆਂ ਪਾਰਟੀਆਂ ਕਿਸ ਤਰੀਕੇ ਨਾਲ ਖੋਰੂ ਲਾ ਰਹੀਆਂ ਆ, ਇਹ ਵੀ ਬੜਾ ਸਾਡੇ ਬਹੁਤ ਵੱਡਾ ਸੰਘਰਸ਼ ਸਾਡੇ ਵਾਸਤੇ ਸਾਹਮਣੇ ਆ ਜਿਹਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਲੜਨਾ ਪਏਗਾ। ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਪੱਕਾ।